जी जनाब नमस्ते। आज बड़ी खुश किस्मती वाली गल है कि आज सानू थाने दे विच अगे किते ते जिहड़ी अहीं उहड़ा बाहर मुंडा ना चाल उहनूं वी अज स्पैशल कहदे कि अज तो बाद तेरे खोखे तो सिर्फ सानू बाग बकरी वाली चाह नहीं चाहिए जी कोई होर दिशा ते थाने दे अंदर पा देना। हां ए वी उहनूं कह दी नाल दी नाल। हां जी सर। उहनूं कह मैं बहुती गल कीती तेरी पति खिलार दे नहीं सारी टीप च इकट्ठी कीती सर मेरा ही पति लभदा है मेरा ही पति पुति लभदा सर ਜੀ ਪਤੀ ਲੱਭ ਰਿਹਾ ਤੇ ਟੀ ਬੈਗ ਲੈ ਲੈ ਉਹ ਤੇ ਸਰ ਕਿੰਨੇ ਪਤੀ ਹੁਣੇ ਨਾ ਸਾਰੇ ਨਾਲ ਗੱਲ ਕਰਨਗੇ ਪਤੀ ਨਾ ਹੋਵੇ ਤਾਂ ਮਰ ਜਾਣਾ ਇਹ ਉਹਨਾਂ ਨੂੰ ਅੱਗੋਂ ਚਾਹ ਪਿਆਉਂਦੇ ਰਹੇ ਬਿਲਕੁਲ ਭਾਗ ਬੱਕਰੀ ਚਾਹ ਹਾਂ ਉਹ ਅੱਗੋਂ ਕਹਿੰਦਾ ਵਾਹ ਵੀ ਇਹ ਤੇ ਬੜਾ ਫਿਰ ਇੱਕ ਤਾਰ ਮੈਂ ਦੱਸੇ ਨਾ ਉਹ ਵੀ ਅੱਗੋਂ ਹਾਏ ਹਾਏ ਕਰਦਾ ਹੁੰਦਾ ਸੀ ਅੱਛਾ ਫਿਰ ਹਾਏ ਨਾਲ ਤੇ ਰਿਸ਼ਤੇ ਬੰਦੇ ਨਹੀਂ ਚਾਹੇ ਨਾ ਬੰਦੇ ਇਹਨਾਂ ਨੇ ਚਾਹ ਪਿਆਈ ਉਹਨੂੰ ਵਾਰ ਵਾਰ ਬਾਰ ਬਾਰ ਚਾਹ ਪੀ ਕੇ ਅਗਲਾ ਫਿਰ ਰਿਸ਼ਤੇਦਾਰ ਬਣ ਗਿਆ ਨਾ ਸਗੋਂ ਤਾਂ ਆ ਕੇ ਗਾਣੇ ਗਾਉਣ ਲੱਗ ਪਿਆ ਸੀ ਸਾਡੇ ਘਰ ਦੇ ਬਾਹਰ ਆ ਕੇ ਵਾਰੀ ਵਾਰੀ ਛੱਡਣ ਗਈ ਸੀ ਵਾਰੀ ਵਾਰੀ ਛੱਡਣ ਗਈ ਜਦੋਂ ਖੱਟਣ ਗਈ ਨਾ ਸਿਰ ਮੈਂ ਖੱਟਣ ਗਈ ਸੀ ਬਰਗਰ ਖਾ ਕੇ ਚਾਹ ਦਾ ਕੱਪ ਪਿਆ ਦੇ ਨੀ ਕਦੇ ਕਦੇ ਬੁਲਾ ਕੇ ਬਾਗ ਬੱਕਰੀ ਦਾ ਕੱਪ ਪਿਆ ਦੇ ਨੀ ਕਦੇ ਕਰੇ ਬੁਲਾ ਕੇ ਚਾਹ ਦਾ ਕੱਪ ਪਿਆ ਦੇ ਨੀ ਕਦੇ ਕਰੇ ਬੁਲਾ ਕੇ ਵਾਗ ਬੱਕਰੀ ਪਿਆ ਦੇ ਨੀ ਕਦੇ ਕਰੇ ਬੁਲਾ ਕੇ ਆਫਰ ਕਰਕੇ ਤੇ ਆਪ ਤੁਸੀਂ ਪੀ ਨੀ ਰਹੇ ਲਓ ਲਓ ਪੀਓ ਤੁਸੀਂ ਵੀ ਵਾਹ ਵਾਹ ਨਹੀਂ ਨਹੀਂ ਅਸੀਂ ਵੀ ਜ਼ਰੂਰ ਪੀਆਂਗੇ ਵੀ ਚੀਅਰ ਸੇਅਰਸ ਲਵ ਯੂ ਹਾਂਜੀ ਜੀ ਕਰੀ ਜਿਹੜਾ ਕਰਦੇ ਤੇਰੇ ਨਾਲ ਅੱਜ ਬੜਾ ਮਜ਼ਾ ਆ ਰਿਹਾ ਕਿਉਂਕਿ ਚਾਹ ਨਾਲ ਦੇ ਨਾਲ ਚੱਲ ਰਹੀ ਹੈ ਔਰ ਉਹ ਚਾਹ ਜਿਹਦੇ ਨਾਲ ਬਣਦੇ ਨੇ ਬਹੁਤ ਜ਼ਿਆਦਾ ਰਿਸ਼ਤੇ ਯਾਨੀ ਕਿ ਬਾਗ ਬੱਕਰੀ ਚਾਹ ਔਰ ਨਾਲ ਗੱਲਾਂ ਬਾਤਾਂ ਅੱਜ ਤਾਂ ਮੈਨੂੰ ਏਦਾਂ ਲੱਗ ਰਿਹਾ ਜਿੱਦਾਂ ਅੱਜ ਮੇਰਾ ਕੋਈ ਸ਼ੋਅ ਚੱਲ ਰਿਹਾ ਹੁੰਦਾ ਟੀ ਟਾਈਮ ਵਿਦ ਸਨੀ ਨਿਊਲ ਸਾਹਿਬ ਹੈ ਇਹ ਕੀ ਹਾਏ ਇਹ ਕੀ ਕੀਤਾ ਜੀ ਉਹ ਮੈਂ ਖਵਾਜ ਗਈ ਓਹੋ ਮੈਂ ਤੈਨੂੰ ਕਿਹਾ ਜੀ ਇਹਦੇ ਨਾਲ ਹਾਏ ਹਾਏ ਕਰਨਾ ਨਹੀਂ ਹੋਣਾ ਉਹ ਰਿਸ਼ਤੇ ਹਾਏ ਨਾਲ ਨਹੀਂ ਚਾਹੇ ਨਾਲ ਬਣਦੇ ਆ ਅੱਛਾ ਮੈਨੂੰ ਚੇਤਾ ਹੀ ਭੁੱਲ ਗਿਆ ਸੀ ਮਰਦ ਕੋਟਾ ਦਰਦ ਵੈਸੇ ਅਸੀਂ ਕਿਲ ਠਕਵਾ ਵੀ ਲਾਂਗੇ ਪਰ ਹਾਏ ਹਾਏ ਨਹੀਂ ਕਰਨਾ ਅੱਗੋਂ ਤੋਂ ਜਦੋਂ ਵੀ ਲੱਗੇ ਉਦੋਂ ਚਾਹੇ ਚਾਹੇ ਕਰਨਾ ਔਰ ਚਾਹੇ ਕਿਹੜੀ ਕਿਹੜੀ ਬਾਗ ਬੱਕਰੀ ਬਸ ਇੱਕ ਦਵਾਨ ਨੇ ਡੋਲ ਲਈ ਬਾਗ ਬੱਕਰੀ ਚਾਹੇ ਹਾਂਜੀ ਸਰ ਬੱਕਰੀ ਪੀਓ ਆਪਣਾ ਬਾਗ ਬੱਕਰੀ ਪੀਓ ਸਰ ਉਹ ਕਹਿੰਦੇ ਮੈਨੂੰ ਜਿੱਥੇ ਚਾਹ ਉੱਥੇ ਰਾ ਪਰ ਚਾਹ ਤੇ ਰਾ ਬੰਦ ਹੋਵੇ ਅੱਗੋਂ ਸਰ ਉਹ ਚਾਹ ਤਾਂ ਹੈਗੀ ਪਰ ਰਾ ਬਸ ਉੱਥੇ ਚਾਹ ਲੈ ਕੇ ਬਹਿ ਜਾਓ ਗੱਲ ਕਰੋ ਹਾਂਜੀ ਬਸ ਇਹ ਨਹੀਂ ਅੱਛਾ ਮੈਂ ਤੁਹਾਨੂੰ ਕਹਿਣਾ ਸੀਗਾ ਹਾਂਜੀ ਕਿ ਕੁਛ ਨਾ ਕਿਉਂ ਮੈਂ ਫੋਨ ਸੁਣਨਾ ਹੈਲੋ ਹੈਲੋ ਹਾਂਜੀ ਪਾਲੀ ਜੀ ਹਾਂਜੀ 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 ਮਦਾਈ ਮੈਂ ਕਿਹਾ ਅੱਜ ਤੇ ਕਰਮਾ ਵਾਲਾ ਦਿਨ ਚੜਿਆ ਅੱਜ ਤੇ ਲਵ ਜੀ ਵੀ ਕੱਪ ਚ ਚਾਹ ਪੀਣ ਲਈ ਮੈਂ ਕਹਿੰਦਾ ਯਾਰ ਸਾਰਿਆਂ ਨੂੰ ਦੇਖੋ ਚਿੱਟੇ ਚਿੱਟੇ ਕੱਪ ਮਿਲੇ ਪੂਰੇ ਮਤਲਬ ਬਾਗ ਬੱਕਰੀ ਚਾਹ ਜਿਹੜੀ ਆ ਅੱਛਾ ਮਦਾਈ ਕਦੀ ਕੀਤੀ ਟ੍ਰਾਈ ਤੁਸੀਂ ਕੀ ਆ ਬਾਗ ਬੱਕਰੀ ਚਾਹ ਅਸੀਂ ਇਹ ਹੀ ਵਰਤਦੇ ਆ ਯਾਰ ਪਹਿਲਾਂ ਬ੍ਰੌਕ ਬੌਂਡ ਵਸ ਹਾਂ ਸਾਡੇ ਜਿਹੜੇ ਦਰਸ਼ਕ ਹੈ ਆਲਰੇਡੀ ਇਸ ਬਾਗ ਬੱਕਰੀ ਚਾਹ ਦਾ ਸੇਵਨ ਕਰਦੇ ਮਤਲਬ ਪੀਂਦੇ ਨੇ ਔਰ ਬੜੀ ਅੱਛੀ ਗੱਲ ਹੈ ਸਾਨੂੰ ਤਾਂ ਖੁਸ਼ੀ ਹੋ ਰਹੀ ਹੈ ਕਿ ਸਾਡਾ ਰਿਸ਼ਤਾ ਐਵੇਂ ਨਹੀਂ ਮਜ਼ਬੂਤ ਬਣਿਆ ਹੈ ਤਾਂ ਹੀ ਸਰ ਮਾਤਾ ਨਾਲ ਵੀ ਆਪਣਾ ਰਿਸ਼ਤਾ ਕਿੰਨਾ ਗੂੜਾ ਗੂੜਾ ਸਰ ਬਿਲਕੁਲ ਬਸ ਮੈਨੂੰ ਲੱਗਦਾ ਬਾਗ ਬੱਕਰੀ ਕਰਕੇ ਹੀ ਹੋਇਆ ਕਿਤੇ ਨਾ ਕਿਤੇ ਇਹ ਸਭ ਚਾਹ ਵੱਖਰੀ ਦਾ ਕਮਾਲ ਹੈ ਜੀ ਹਾਂਜੀ ਇਹ ਸਭ ਚਾਹ ਵੱਖਰੀ ਦਾ ਕਮਾਲ ਹੈ ਅੱਜ ਇਹਨੂੰ ਬਾਗ ਬੱਕਰੀ ਦੀ ਚਾਹ ਪਿਆਓ ਸਨੀ ਦਿਓਲ ਨੂੰ ਆਓ ਮਹਾਰਾਜ ਆਓ ਜੀ ਆਓ ਆਓ ਮੋਸਟ ਵੈਲਕਮ ਆਓ 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 ਤੁਹਾਡੇ ਤੁਹਾਡਾ ਹੀ ਇੰਤਜ਼ਾਰ ਹੋ ਰਿਹਾ ਸੀ ਜਨਾਬ ਕੀ ਹਾਲ ਚਾਲ ਵਧੀਆ 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 ਚਲਦੀ ਗੱਲ ਬੋਲਦੇ ਪਏ ਉਦੋਂ ਪਹਿਲਾਂ ਬੋਲਣ ਨੀ ਦਿੰਦੇ ਆ ਕੁੜੀਆਂ ਤੁਸੀਂ ਇਕੱਲੇ ਬੋਲੋ ਥੋੜੀ ਦੇਰ ਕੋਈ ਗੱਲ ਨਹੀਂ ਬੋਲ ਵਾਰੀ ਵਜੇ ਕਿੰਨੀ ਕਿ ਵਾਰੀ ਵਜੇ ਕਿੰਨੀ ਜਦੋਂ ਖੱਟਣਗੇ ਨਾ ਸਰ ਉਦੋਂ ਨਾ ਸਰ ਮੈਂ ਨਾ ਮਤਲਬ ਸੋਚਿਆ ਕਿ ਮੈਂ ਚਾਹ ਪਲਾ ਕਰੂੰਗੀ ਜਦੋਂ ਕੋਈ ਘਰ ਗੈਸਟ ਆਇਆ ਫਿਰ ਭਾਵੇਂ ਹੋਲੀ ਹੋਵੇ ਦੀਵਾਲੀ ਹੋਵੇ ਚਾਹੇ ਹੋਵੇ ਰੱਖੜੀ ਆਹਾ ਸਾਰੇ ਜਾਣੇ ਲੈ ਕੇ ਆਓ ਚਾਹ ਲੈ ਕੇ ਆਓ ਵਾਗ ਬੱਕਰੀ
ਸਾਰੇ ਜਾਣੇ ਲੈ ਕੇ ਆਓ ਚਾਹ ਕੇ ਲੈ ਕੇ ਆਓ ਵਾਗ ਬੱਕਰੀ ਵਾਗ ਬੱਕਰੀ ਕੇ ਲੈ ਕੇ ਆਓ ਤੈਨੂੰ ਨਾ ਪਤਾ ਵਾਗ ਬੱਕਰੀ ਦਾ ਤੇ ਆਪਣੇ ਭਰਾ ਬੱਕਰੇ ਨੂੰ ਓ ਸੌਰੀ ਆਪਣੇ ਭਰਾ ਨੂੰ ਵੀ ਪਿਆ ਨਾ ਵਾਗ ਬੱਕਰੀ ਚਾਹ ਸ਼ੁਰੂ ਨੂੰ ਤਾਂ ਮੈਂ ਦੇਖ ਕੇ ਕਹਿ ਦੇਣਾ ਭੱਜ ਬੱਕਰਾ ਇਥੋਂ ਹੈਂ ਕੈਸੀ ਪਤੀ ਨਿਚੋੜ ਨਿਚੋੜ ਕੇ ਬੰਦਾ ਨਾ ਇੱਕ ਕੱਪ ਚ ਇਕੱਠੀ ਕਰਕੇ ਬਾਅਦ ਚ ਕਹਿੰਦੇ ਮੈਂ ਬਲੈਕ ਟੀ ਪੀਤਾ ਹੂੰ ਇਸ ਤਰ੍ਹਾਂ ਤੂੰ ਉਹ ਭਰਾਵਾ ਗੱਲ ਇੱਦਾਂ ਹੈ ਕਿ ਬਈ ਓਵਰਆਲ ਇਹ ਹੈ ਕਿ ਤੰਦਰੁਸਤ ਰਹੋ ਖੁਸ਼ ਰਹੋ ਤੁਹਾਡਾ ਸਰੀਰ ਆ ਜਿਹੜੀ ਤੁਹਾਡੀ ਬਾਡੀ ਹੈ ਇਹ ਬੜੀ ਮਤਲਬ ਸੈਂਸਿਟਿਵ ਹੁੰਦੀ ਜਾ ਰਹੀ ਹੈ ਹਨਾ ਕਿਉਂਕਿ ਅਸੀਂ ਕੋਈ ਵੀ ਚੀਜ਼ ਪਿਓਰ ਨਹੀਂ ਖਾਂਦੇ ਅਤੇ ਜਦੋਂ ਕੋਈ ਚਾਹ ਦੀ ਗੱਲ ਆਵੇ ਮੇਰੇ ਖਿਆਲ ਨਾਲ ਉਦੋਂ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਚੰਗੀ ਚਾਹ ਦਾ ਹੀ ਸੇਵਨ ਕਰਨਾ ਚਾਹੀਦਾ ਸੋ ਬਾਗ ਬੱਕਰੀ ਚਾਹ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਔਰ ਤੁਸੀਂ ਚਾਹ ਦੀਆਂ ਚੁਸਕੀਆਂ ਬਾਗ ਬੱਕਰੀ ਦੀਆਂ ਚੁਸਕੀਆਂ ਲੈਂਦੇ ਹੋਏ ਇੱਦਾਂ ਹੀ ਸਾਡਾ ਸ਼ੋਅ ਇੰਜੋਏ ਕਰਦੇ ਰਹੋ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਅਤੇ ਮਿਲਾਂਗਾ ਹੁਣ ਤੁਹਾਨੂੰ ਕੱਲ੍ਹ ਇਸੇ ਹੀ ਚੈਨਲ ਇਸੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਜੀ ਜਨਾਬ।